ਤਾਂ ਇਹ ਇਸੇ ਚੀਜ਼ ਦਾ ਨਾਂ ਜਦੋਂ ਉੱਥੋਂ ਹੀ ਕੋਈ ਬਿਮਾਰੀ ਸਾਨੂੰ ਬਾਹਰ ਦਿਸਦੀ ਹੈ ਤੇ ਉਹਦਾ ਨਾਂ ਸਾਡੇ ਪੁਰਖਿਆਂ ਨੇ ਉਹਦਾ ਨਾਂ ਰੱਖਤਾ ਬਵਾਸੀਰ ਜੀ। ਇੰਨੀਆਂ ਜਿੰਨੀਆਂ ਕਿਸਮਾਂ ਤੁਸੀਂ ਹੁਣ ਗੱਲ ਕੀਤੀ ਹੈ, ਹਾਂਜੀ, ਕੀ ਨਿਸ਼ਾਨੀਆਂ ਨੇ ਸਾਨੂੰ ਪਹਿਲਾਂ ਕਿਵੇਂ ਪਤਾ ਲੱਗ ਸਕਦਾ ਵੀ ਅਸੀਂ ਇਹ ਕਿਹੜੀ ਹੋ ਸਕਦਾ, ਇਹ ਹੈ ਕਿਹੜੀ, ਹਾਂਜੀ ਹੈ ਕਿਹੜੀ ਹੈ ਅਤੇ ਉਹ ਕਿਉਂ ਰਹੀ ਹੈ ਜੀ। ਖੂਨੀ ਬਵਾਸੀਰ ਦਾ ਮੈਂ ਪਹਿਲਾਂ ਬੋਲ ਚੁੱਕਿਆ ਥੋੜ੍ਹਾ ਜਿਹਾ ਵਿਸਥਾਰ ਨਾਲ, ਇਹ ਉਹਨੂੰ ਬਰਦਾਸ਼ਤ ਨਹੀਂ ਕਰਦਾ, ਜਿਹੜੀਆਂ ਜਿਹੜੀਆਂ ਲੱਛਣ ਉਹ ਕੱਢਦਾ ਹੈ ਉਹ ਸਾਨੂੰ ਫਿੱਟ ਨਹੀਂ ਹੁੰਦੇ ਫਿਰ, ਹਾਂਜੀ, ਉਹ ਸਾਨੂੰ ਤੰਗ ਕਰਦੇ ਨੇ ਜੀ। ਇਹ ਇਹਦੇ ਅਲੱਗ ਅਲੱਗ ਤਿੰਨਾਂ ਦੇ ਲੱਛਣ ਨੇ ਜੀ। ਜਿਹੜੀ ਭਗੰਦਰ ਆ ਗਈ ਮੁੜ ਕੇ ਖੀਰ ਤੇ ਇਹਨੂੰ ਦੇ ਦਿੰਦੇ ਹਾਂ ਅਤੇ ਮੁੜ ਕੇ ਕਦੀ ਨਹੀਂ ਆਪਣੇ ਕੋਲ ਆਇਆ ਜੀ। ਜਿਹੜੇ ਭਰਾ ਲੈ ਕੇ ਗਏ ਨੇ ਉਹਨੂੰ ਉਸ ਗੱਲ ਨੂੰ ਤਸਦੀਕ ਕਰ ਸਕਦੇ ਨੇ ਵੀ ਜਿਹਨੂੰ ਮੈਂ ਦਵਾਈ ਦੇਤੀ ਉਹਨੂੰ ਕਹਿ ਦਿੰਦਾ ਵੀ ਉਹ ਮੁੜ ਕੇ ਜ਼ਿੰਦਗੀ 'ਚ ਹੁੰਦੀ ਨਹੀਂ ਜੀ ਅਤੇ ਹੁੰਦੀ ਵੀ ਨਹੀਂ ਜੀ। ਇਹਦਾ ਇਹ ਪੱਕਾ ਇਲਾਜ ਪੱਥਰ ਦੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਧਰਮਿਕ ਸਿੰਘ ਹਰਿਓ, ਤੁਸੀਂ ਵੇਖ ਰਹੇ ਹੋ ਰੰਗ ਪੰਜਾਬ ਦੇ ਯੂਟਿਊਬ ਚੈਨਲ। ਸੋ ਦੋਸਤੋ, ਅੱਜ ਆਪਾਂ ਗੱਲਬਾਤ ਕਰਾਂਗੇ ਬਵਾਸੀਰ ਦੇ ਬਾਰੇ, ਕਿਉਂਕਿ ਕਾਫੀ ਸਾਰੇ ਲੋਕ ਨੇ, ਸਾਡੇ ਵੀਰ ਨੇ, ਭੈਣਾਂ ਨੇ ਜਿਹੜੇ ਕਿ ਇਸ ਬਿਮਾਰੀ ਤੋਂ ਪੀੜਿਤ ਹੁੰਦੇ ਨੇ ਅਤੇ ਇਸ ਬਿਮਾਰੀ ਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਹੋਣਗੇ ਵੈਦ ਸਾਹਿਬ ਸਰਦਾਰ ਗੁਰਬਚਨ ਸਿੰਘ ਜੀ, ਤਲਵੰਡੀ ਸਾਬੋ ਕੇ ਜ਼ਿਲ੍ਹਾ ਬਠਿੰਡਾ। ਆਓ ਫਿਰ ਕਰਦੇ ਹਾਂ ਸਵਾਗਤ। ਹਾਂਜੀ ਵੈਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਦਾ ਧਰਮ ਸਿਆਂ। ਇਹ ਬਹੁਤ ਅੱਛਾ ਕੀਤਾ ਤੁਸੀਂ, ਦੁਬਾਰੇ ਆਪ ਜੀ ਦਾ ਸ਼ੁਕਰੀਆ ਜੀ ਵੀ ਤੁਸੀਂ ਇੱਕ ਵੀ ਇੱਕ ਐਂ ਵਿਸ਼ਾ ਲੈ ਕੇ ਪੁੱਛਣ ਵਾਸਤੇ ਮੇਰੇ ਕੋਲ ਆਏ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ ਜੀ, ਗੱਲਬਾਤ ਸ਼ੁਰੂ ਕਰਦੇ ਹਾਂ। ਹਾਂਜੀ, ਸੋ ਪਹਿਲਾ ਸਵਾਲ ਤਾਂ ਸਾਡਾ ਇਹੀ ਹੈ ਕਿ ਬਵਾਸੀਰ ਹੈ ਕੀ ਅਤੇ ਕਿੰਨੇ ਕਿਸਮ ਦੀ ਹੈ ਜੀ? ਹਾਂਜੀ, ਬਵਾਸੀਰ ਸਦਾ ਧਰਮ ਸਿਆਂ ਆਂਤੜੀਆਂ ਦਾ ਰੋਗ ਹੈ ਜੀ। ਜਦੋਂ ਸਾਡੀਆਂ ਆਂਤੜੀਆਂ ਬਿਮਾਰ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਬਾਹਰ ਦੱਸਣ ਵਾਸਤੇ ਵੀ ਅਸੀਂ ਬਿਮਾਰ ਹੋ ਗਈਆਂ ਜੀ, ਉਹਨਾਂ ਕੋਲ ਇੱਕੋ ਰਸਤਾ ਹੈ, ਟੱਟੀ ਵਾਲਾ ਰਸਤਾ। ਹਾਂਜੀ, ਤਾਂ ਫਿਰ ਉਹਦੇ ਰਾਹੀਂ ਇਹ ਸਾਨੂੰ ਸੂਚਿਤ ਕਰਦੀਆਂ ਨੇ ਵੀ ਅਸੀਂ ਬਿਮਾਰ ਹੋ ਗਈਆਂ ਜੀ। ਤਾਂ ਇਹ ਇਸੇ ਚੀਜ਼ ਦਾ ਨਾਂ ਜਦੋਂ ਉੱਥੋਂ ਹੀ ਕੋਈ ਬਿਮਾਰੀ ਸਾਨੂੰ ਬਾਹਰ ਦਿਸਦੀ ਹੈ ਤਾਂ ਉਹਦਾ ਨਾਂ ਸਾਡੇ ਪੁਰਖਿਆਂ ਨੇ ਉਹਦਾ ਨਾਂ ਰੱਖਤਾ ਬਵਾਸੀਰ ਜੀ। ਇੰਨੀਆਂ ਜਿੰਨੀਆਂ ਕਿਸਮਾਂ ਤੁਸੀਂ ਹੁਣ ਗੱਲ ਕੀਤੀ ਹੈ, ਹਾਂਜੀ, ਇੰਨੀਆਂ ਕਿਸਮਾਂ ਜਿਹੜੀਆਂ ਨੇ ਉਹ ਮੇਨ ਤਾਂ ਤਿੰਨ ਨੇ ਜੀ। ਇੱਕ ਖੂਨੀ, ਟੱਟੀ ਰਸਤੇ ਖੂਨ ਆਉਂਦਾ ਹੈ ਜੀ, ਉਹ ਚਾਹੇ ਪਹਿਲਾਂ ਆਵੇ ਲੈਟਰੀਨ ਤੋਂ ਚਾਹੇ ਬਾਅਦ 'ਚ ਆਵੇ ਜੀ, ਗੱਲਬਾਤ ਇੱਕੋ ਹੀ ਹੈ, ਬਸ ਖੂਨੀ ਬਵਾਸੀਰ ਜੀ। ਦੂਜਾ ਹੈਗਾ ਬਾਦੀ ਜੀ, ਇਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਬਲਾਇੰਡ, ਅੰਨੀ, ਪਤਾ ਪਤਾ ਕੋਈ ਨਹੀਂ ਹੁੰਦਾ ਜੀ। ਬਾਦੀ ਬਵਾਸੀਰ ਜਿਹੜੀ ਹੈ ਉਹ ਦੂਸਰੀ ਕਿਸਮ ਹੈ। ਤੀਸਰੀ ਕਿਸਮ ਜਿਹੜੀ ਹੈ ਉਹ ਮੌਕਿਆਂ ਵਾਲੀ ਹੈ ਜੀ। ਇਹਦੇ ਵੀ ਦੋ ਤਰ੍ਹਾਂ ਦੇ ਮੌਕੇ ਹੁੰਦੇ ਹੈ, ਇੱਕ ਠੋਸ ਹੁੰਦੇ ਹੈ ਜੀ, ਇੱਕ ਚੁੱਭ ਕੇ ਮਾਰਦੇ ਆ ਉਹ ਜਿਵੇਂ ਸੂਈਆਂ ਚੁੱਭਦੀਆਂ, ਇੱਕ ਭਰਦੇ ਅਤੇ ਫਿੱਸਦੇ ਹੈ ਜੀ। ਮੇਨ ਦੇ ਕਿਸਮਾਂ ਇਹ ਤਿੰਨ ਨੇ ਜੀ, ਖੂਨੀ, ਬਾਦੀ ਅਤੇ ਮੌਕਿਆਂ ਵਾਲੀ ਜੀ। ਪਰ ਇੱਕ ਅਲਡਰੀ ਹੋਰ ਕਿਸਮ ਜਿਹੜੀ ਹੈ ਉਹਦਾ ਨਾਂ ਰੱਖਿਆ ਸਾਡੀ ਆਯੁਰਵੇਦ ਦੇ ਵਿੱਚ ਭਗੰਦਰ ਜੀ, ਸੁਣਿਆ ਤੁਸੀਂ ਨਾ? ਹਾਂਜੀ ਜਿਹੜੀ ਭਗੰਦਰ ਏ ਸਦਾ ਧਰਮ ਸਿਆਂ ਜੀ, ਇਹ ਅਸਲ ਦੇ ਵਿੱਚ ਦੋ ਬਵਾਸੀਰਾਂ ਦਾ ਸੁਮੇਲ ਹੈ ਜੀ। ਜਦੋਂ ਦੋ ਬਵਾਸੀਰਾਂ ਰਲ ਜਾਂਦੀਆਂ ਨੇ ਹਾਂਜੀ, ਅਤੇ ਉਹ ਫਿਰ ਨਾਲੇ ਵਿਗੜ ਜਾਂਦੀਆਂ ਨੇ ਜੀ, ਉਹਨੂੰ ਭਗੰਦਰ ਆਉਂਦੇ ਹੈ ਜੀ। ਭਗੰਦਰ ਹੈ ਇਹੀ ਚੀਜ਼ ਵੀ ਦੋ ਬਵਾਸੀਰਾਂ ਰਲ ਗਈਆਂ ਨਾਲੇ ਵਿਗੜ ਗਈਆਂ, ਉਹਨੂੰ ਭਗੰਦਰ ਆਉਂਦੇ ਨੇ। ਇਹ ਕੋਈ ਅਲਡਰੀ ਕਿਸਮ ਨਹੀਂ ਹੈ ਜੀ। ਜੀ, ਹੁਣ ਰਹਿ ਗਈ ਗੱਲ, ਤੁਸੀਂ ਦੱਸਿਆ ਸੀ ਵੀ ਇਹਦਾ ਕਾਰਨ ਕੀ ਹੈ? ਹਾਂਜੀ, ਮੇਨ ਕਾਰਨ ਦਾ ਇਹ ਹੈ ਵੀ ਅਸੀਂ ਉਹ ਭੋਜਨ ਖਾਣਾ ਜਿਹੜਾ ਸਾਨੂੰ ਫਿੱਟ ਨਹੀਂ ਜੀ, ਜਾਣੇ 'ਚ ਅਣਜਾਣੇ 'ਚ ਦੋਨਾਂ 'ਚ ਜੀ, ਜਾਣੇ 'ਚ ਵੀ ਕਈ ਵਾਰਾਂ ਜਿਵੇਂ ਹੁਣ ਮੈਂ ਮੰਨ ਲਓ ਵੀ ਤੁਸੀਂ ਕਈ ਬੰਦੇ ਨੇ ਸ਼ਰਾਬ ਉਹਨਾਂ ਨੂੰ ਫਿੱਟ ਨਹੀਂ, ਹਾਂਜੀ, ਤੂੰ ਪੀਂਦੇ ਨੇ ਜੀ, ਦਰਥੇ ਉਹਨਾਂ ਦੀ ਚੀਕ ਨਿਕਲਣ ਵਾਲੀ ਹੋ ਜਾਂਦੀ ਹੈ, ਜ਼ਰੂਰ ਪੀਣੀ ਹੈ। ਬਿਲਕੁਲ ਜੀ, ਇਸੇ ਤਰ੍ਹਾਂ ਕੋਈ ਮੈਂ ਨਹੀਂ ਕਹਿੰਦਾ ਇਕੱਲੀ ਸ਼ਰਾਬ,
ਮੈਂ ਗੱਲ ਭੋਜਨ ਦੀ ਕੀਤੀ ਹੈ ਵੀ ਜਿਹੜੀਆਂ ਸਾਨੂੰ ਸ਼ੂਟ ਨਹੀਂ ਕਰਦੀਆਂ ਜਾਂ ਸਾਨੂੰ ਮਾਫ਼ ਕਰਨੀਆਂ ਉਹਨਾਂ ਚੀਜ਼ਾਂ ਨੂੰ ਮਾਫ਼ ਕਰਨੀ ਧੱਕੇ ਨਾਲ ਵਰਤਣਾ ਹੀ ਧੱਕੇ ਨਾਲ ਵਰਤੀ ਜਾਂਦੇ ਹਾਂ ਤਾਂ ਫਿਰ ਉਹ ਜਿਹੜੇ ਜਦੋਂ ਫਿਟਣੇ ਦੀ ਉਹ ਅਲੱਗ ਅਲੱਗ ਕੰਮ ਕਰਦੀ ਹੈ ਹਾਂਜੀ ਬਾਬਾ ਸੀਰ ਇੱਕ ਕਹਿੰਦਾ ਕਾਰਨ ਹੋਰ ਹੈ ਕਬਜ਼ ਜੀ ਕਬਜ਼ ਜਿਹੜੀ ਉਹ ਅੰਤਲੀਆਂ ਨੂੰ ਇਸ ਤਰ੍ਹਾਂ ਥੱਲੇ ਜਿਹੜੀ ਮਲਗ੍ਰਹਿ ਸਾਡਾ ਸਖਤ ਹੈ ਉਹ ਐਂ ਥੱਲੇ ਨੱਪ ਕੇ ਲਈ ਜਾਂਦਾ ਹੈ ਅਤੇ ਜਿਵੇਂ ਇੱਥੇ ਮੇਰੇ ਬਾਂਹ 'ਤੇ ਚੂੜੀਆਂ ਪੈ ਗਈਆਂ ਨੇ ਆ ਵੱਟ ਪੈ ਗਏ ਨੇ ਨਾ ਹਾਂਜੀ ਇਸ ਤਰ੍ਹਾਂ ਅਖੀਰ ਨੂੰ ਜਾ ਕੇ ਜਿੱਥੋਂ ਜਾ ਕੇ ਮਲਗ੍ਰਹਿ ਬਾਹਰ ਨਿਕਲਣਾ ਹੁੰਦਾ ਹੈ ਰੈਕਟਮ ਉਹਨੂੰ ਆਉਂਦੇ ਨੇ ਅੰਗਰੇਜ਼ੀ 'ਚ ਲੋਕ ਉਹ ਜਗ੍ਹਾ ਇੰਨੀ ਕੁ ਜਗ੍ਹਾ ਜਿਹਦੇ 'ਚ ਜਾ ਕੇ ਲੈਟਰੀਨ ਜਾ ਕੇ ਸਾਨੂੰ ਪਤਾ ਲੱਗਦਾ ਵੀ ਹੁਣ ਸਾਨੂੰ ਲੈਟਰੀਨ ਆ ਗਈ ਹਾਂਜੀ ਉਹਦੇ 'ਚ ਜਾ ਕੇ ਇਹ ਫਿਰ ਉਹਦੇ 'ਚ ਵੱਟ ਪਏ ਆ ਉੱਥੇ ਉਹ ਟੱਟੀ ਸਾਡੀ ਰੁਕ ਜਾਂਦੀ ਹੈ ਰੁਕਣੀ ਨਹੀਂ ਚਾਹੀਦੀ ਜੀ ਉਹ ਕੁਛ ਦਿਨਾਂ ਬਾਅਦ ਇਨਫੈਕਸ਼ਨ ਕਰੇਗੀ ਨਾ ਹਾਂਜੀ ਇੱਕ ਕਾਰਨ ਹੈ ਕਬਜ਼ ਜੀ ਦੂਸਰਾ ਮੋਟਾਪਾ ਜੀ ਇਹ ਵੀ ਬਾਬਾ ਸੀਰ ਦਾ ਇੱਕ ਕਾਰਨ ਹੈ ਕਮਾਲ ਦੀ ਗੱਲ ਇਹ ਹੈ ਧਰਮ ਸਿਆਂ ਵੀ ਜਿਹੜੀ ਖੰਘ ਹੈ ਚਾਹੇ ਕਾਲੀ ਹੈ ਪੁਰਾਣੀ ਖੰਘ ਵੀ ਰੋਜ਼ ਹੀ ਸਵੇਰੇ ਉੱਠ ਕੇ ਲੰਮੀ ਦੇਰ ਤੱਕ ਖੰਘਣਾ ਹਾਂਜੀ ਜਾਂ ਬੰਦੇ ਨੂੰ ਖੰਘ ਲੱਗੀ ਰਹਿਣੀ ਹਾਂਜੀ ਇਹ ਵੀ ਬਾਬਾ ਸੀਰ ਕਰ ਦਿੰਦੀ ਹੈ ਹੋਰ ਵੇਖੋ ਤੁਸੀਂ ਖੰਘ ਦਾ ਵੀ ਇਹਦੇ ਨਾਲ ਤਾਲਮੇਲ ਹੈ ਜੀ ਮੋਟਾਪਾ ਦੱਸਿਆ ਫਿਰ ਜਿਹੜੀ ਮਲਗ੍ਰਹਿ ਵਾਲੀ ਪਾਈਪ ਹੈ ਸਾਰੀ ਉਹਦੇ ਉਸੇ ਅਣਫਿੱਟ ਭੋਜਨ ਦੀ ਵਜ੍ਹਾ ਨਾਲ ਅੰਦਰੋਂ ਬਿਮਾਰ ਹੋ ਕੇ ਅਤੇ ਉਹ ਫਿਰ ਖੂਨ ਸਿੰਮਣ ਲੱਗ ਪੈਣਾ ਜੀ ਜਦੋਂ ਬਰਦਾਸ਼ਤ ਨਹੀਂ ਕਰਦੀ ਉਸ ਚੀਜ਼ ਨੂੰ ਹਾਂਜੀ ਉੱਤੋਂ ਪਾਈ ਜਾਂਦੇ ਹਾਂ ਹਾਂਜੀ ਇਹ ਵੀ ਇਹਦੇ ਇਹ ਕੰਮ ਨੇ ਸਾਰੇ ਦੇ ਸਾਰੇ ਇਹਦੇ ਕੰਮ ਜੀ ਜੀ ਹੁਣ ਅਗਲਾ ਸਵਾਲ ਤੁਹਾਡਾ ਮੇਰੇ ਖਿਆਲ 'ਚ ਇਹ ਹੈ ਵੀ ਨਿਸ਼ਾਨੀਆਂ ਕੀ ਨੇ ਕੀ ਨਿਸ਼ਾਨੀਆਂ ਨੇ ਸਾਨੂੰ ਪਹਿਲਾਂ ਕਿਵੇਂ ਪਤਾ ਲੱਗ ਸਕਦਾ ਵੀ ਅਸੀਂ ਇਹ ਕਿਹੜੀ ਹੋ ਸਕਦਾ ਇਹ ਹੈ ਕਿਹੜੀ ਹਾਂਜੀ ਹੈ ਕਿਹੜੀ ਹੈ ਅਤੇ ਉਹ ਕਿਉਂ ਰਹੀ ਹੈ ਖੂਨੀ ਬਵਾਸੀਰ ਦਾ ਮੈਂ ਪਹਿਲਾਂ ਬੋਲ ਚੁੱਕਿਆ ਥੋੜ੍ਹਾ ਜਿਹਾ ਵਿਸਥਾਰ ਨਾਲ ਇਹ ਹੈ ਵੀ ਖੂਨ ਆਉਂਦਾ ਹੈ ਇਕੱਲਾ ਹੀ ਖੂਨ ਹੀ ਆਉਂਦਾ ਹੈ ਹਾਂਜੀ ਉਹਨੂੰ ਕੋਈ ਦਿੱਕਤ ਅੱਗੇ ਪਿੱਛੇ ਨਹੀਂ ਆਉਂਦੀ ਜੀ ਖੂਨ ਆਉਂਦਾ ਚਾਹੇ ਤਾਂ ਲੈਟਰੀਨ ਤੋਂ ਪਹਿਲਾਂ ਆਵੇ ਚਾਹੇ ਬਾਅਦ 'ਚ ਆਵੇ ਅਤੇ ਸਰੀਰ ਦਿਨੋਂ ਦਿਨ ਰਹਿੰਦਾ ਤੁਰਿਆ ਜਾਂਦਾ ਇਹਦਾ ਜਿਹੜੇ ਕਾਰਨ ਆਪਾਂ ਗੱਲ ਕੀਤੀ ਹੈ ਉਹਨਾਂ ਕਾਰਨਾਂ 'ਚੋਂ ਇਹਦਾ ਕਾਰਨ ਉਹ ਹੈ ਜਿਹੜਾ ਕੋਈ ਚੀਜ਼ ਉਹ ਲਗਾਤਾਰ ਲਈ ਜਾਣੀ ਜਿਹੜੀ ਫਿੱਟੀ ਨਹੀਂ ਹੈਗੀ ਬਿਲਕੁਲ ਆਂਤੜੀਆਂ ਉਹਨੂੰ ਬਰਦਾਸ਼ਤ ਨਹੀਂ ਕਰਦੀਆਂ ਆਂਤੜੀਆਂ ਅੰਦਰੋਂ ਪੱਕ ਜਾਂਦੀਆਂ ਨੇ ਤਾਂ ਫਿਰ ਉਸ ਖੂਨ ਸਿੰਮਣ ਲੱਗ ਪੈਂਦਾ ਵਿਆਹੀਆਂ ਵੀ ਪਾਟ ਜਾਂਦੀਆਂ ਆਂਤੜੀਆਂ ਦੀਆਂ ਬਰਦਾਸ਼ਤ ਨਹੀਂ ਕਰਦੀਆਂ ਜੀ ਖੂਨੀ ਬਵਾਸੀਰ ਮਤਲਬ ਲੈਟਰੀਨ ਨਾਲ ਖੂਨ ਆਉਂਦਾ ਹੈ ਹਾਂਜੀ ਉਹਨੂੰ ਅਗਾਂਹ ਆ ਗਿਆ ਬਾਦੀ ਬਵਾਸੀਰ ਹਾਂਜੀ ਬਾਦੀ ਵਾਲੀ ਬੜਾ ਬਵਾਸੀਰ ਹੈ ਜਿਹੜੀ ਉਹ ਟੱਟੀ ਵਾਲੀ ਥਾਂ ਦੇ ਵਿੱਚ ਖੁਰਕ ਬੜੀ ਜਾਂਦੀ ਹੈ ਜੀ ਆਹ ਟਾਈਮ ਬੰਦਾ ਉਹ ਹੱਥ ਪਾਈ ਰੱਖਦਾ ਬੁਰਾ ਲੱਗਦਾ ਸੂਜਨ ਹੋ ਜਾਂਦੀ ਹੈ ਹਾਂਜੀ ਟੱਟੀ ਵਾਲਾ ਥਾਂ ਜਿਹੜਾ ਉਹ ਲਾਲ ਹੋ ਜਾਂਦਾ ਹੈ ਜੀ ਅਤੇ ਦਰਦ ਵੀ ਕਈਆਂ ਨੂੰ ਹੁੰਦਾ ਹੈ ਦਰਦ ਵੀ ਐਂ ਹੁੰਦਾ ਹੈ ਵੀ ਚਬਕੇ ਵੱਜਦੇ ਨੇ ਜਿਵੇਂ ਸੂਈਆਂ ਚੁੱਭਣ ਵਾਲਾ ਦਰਦ ਬਣਦਾ ਜੀ ਲੈਟਰੀਨ ਤੋਂ ਬਾਅਦ ਅੱਧਾ ਅੱਧਾ ਘੰਟੇ ਤਿੱਕਰਾਂ ਉਹਨੂੰ ਉਹ ਦਰਦ ਹੁੰਦੀ ਹੈ ਚੁਬਕੇ ਵੱਜੀ ਜਾਂਦੇ ਨੇ ਫਿਰ ਜਾ ਕੇ ਮਨ ਸ਼ਾਂਤ ਹੁੰਦਾ ਹਾਂਜੀ ਇਹ ਇਹਦੀ ਇਹ ਨਿਸ਼ਾਨੀ ਜੀ ਫਿਰ ਅਖੀਰ 'ਤੇ ਇਕੱਲੀ ਰਹਿ ਗਈਆਂ ਮੋਹਿਆਂ ਵਾਲੀ ਉਹ ਵੀ ਮੈਂ ਪਹਿਲਾਂ ਦੱਸਤਾ ਵੀ ਇਹ ਦੋ ਤਰ੍ਹਾਂ ਦੇ ਹੈ ਹਾਂਜੀ ਠੋਸ ਅਤੇ ਭਰਨ ਫਿਸਣ ਜੀ ਭਰਨ ਫਿਸਣ ਵਾਲੇ ਜਿਹੜੇ ਹੈ ਉਹ ਜਿੰਨਾ ਚਿਰ ਭਰਦਾ ਰਹਿੰਦਾ ਉਹ ਚਿਪਕੇ ਪਈ ਜਾਂਦੇ ਨੇ ਜਿੱਦਣ ਉਹ ਫਿਸ ਜਾਂਦਾ ਉਦਣ ਖੂਨ ਆ ਜਾਂਦਾ ਹਾਂਜੀ ਖਾਲੀ ਹੋ ਜਾਂਦੇ ਨੇ ਹਾਂਜੀ ਉਸ ਦਿਨ ਫਿਰ ਦੋ ਕੁ ਦਿਨ ਤਿੰਨ ਦਿਨ ਵਿੱਚੋਂ ਉਹ ਬੰਦਾ ਠੀਕ ਰਹਿੰਦਾ ਤਿੰਨ ਦਿਨਾਂ ਬਾਅਦ ਫਿਰ ਉਹ ਵਿਢਣਾ ਵਿਢਿਆ ਜਾਂਦਾ ਹਾਂਜੀ ਠੋਸ ਇਹ ਕੰਮ ਨਹੀਂ ਕਰਦੇ ਜੀ ਠੋਸ ਤਾਂ ਵਧੀ ਜਾਂਦੇ ਹੈ ਹਾਂਜੀ ਫਿਰ ਉਹਨਾਂ ਦੇ ਅੰਦਰ ਖੂਨ ਦਾ ਸਰਕਲ ਬੰਦ ਹੋ ਜਾਂਦਾ ਮੌਕੇ ਦੇ ਅੰਦਰ ਖੂਨ ਦਾ ਸਰਕਲ ਬੰਦ ਹੋ ਜਾਂਦਾ ਜੀ ਜਦੋਂ ਖੂਨ ਦਾ ਸਰਕਲ ਬੰਦ ਹੋ ਜਾਂਦਾ ਅਤੇ ਮਾਸ ਤਾਂ ਸੁੱਕੇਗਾ ਨਾ ਬਿਲਕੁਲ ਜੀ ਅਤੇ ਸੁੱਕਿਆ ਮਾਸ ਸਾਡਾ ਸਰੀਰ ਬਰਦਾਸ਼ਤ ਨਹੀਂ ਕਰਦਾ ਜਿਹੜੀ ਉਹ ਅੰਦਰ ਦਰਦ ਪੈਦਾ ਕਰਦਾ ਹੈ ਜਿਹੜੀ ਉਹ ਅੰਦਰ ਸਾਡੇ ਸਰੀਰ ਉਹਨੂੰ ਬਰਦਾਸ਼ਤ ਨਹੀਂ ਕਰਦਾ ਜਿਹੜੀਆਂ ਜਿਹੜੇ ਲੱਛਣ ਉਹ ਕੱਢਦਾ ਹੈ ਉਹ ਸਾਨੂੰ ਫਿੱਟ ਨਹੀਂ ਦਿੰਦੇ ਫਿਰ ਹਾਂਜੀ ਉਹ ਸਾਨੂੰ ਤੰਗ ਕਰਦੇ ਨੇ
ਜੀ ਇਹ ਇਹਦੇ ਅਲੱਗ ਅਲੱਗ ਤਿੰਨਾਂ ਦੇ ਲੱਛਣ ਨੇ ਜੀ ਜਿਹੜੀ ਭਗੰਦਰ ਆ ਗਈ ਮੁੜ ਕੇ ਖੀਰ 'ਤੇ ਹਾਂਜੀ ਉਹ ਦੋ ਬਾਬਾ ਸਹੀਦਾਂ ਦਾ ਸੁਮੇਲ ਹੈ ਜੀ ਉਹ ਨਹੀਂ ਦੱਸਦੀ ਵੀ ਮੈਂ ਫਲਾਣੀ ਹਾਂ ਇਹਦੇ ਵਿੱਚੋਂ ਇਕੱਲੀ ਹਾਂਜੀ ਉਹਦਾ ਤਾਂ ਕੰਮ ਇਹ ਵੀ ਕਦੀ ਉਹਨੇ ਕੋਈ ਚੰਨ ਚਾੜਤਾ ਅਤੇ ਕਦੀ ਉਹਨੇ ਕੋਈ ਚੰਦ ਚਾੜਤਾ ਹਾਂਜੀ ਅਤੇ ਉਹ ਫਿਰ ਉਹਦੇ ਬਾਰੇ ਅਗਲਾ ਦੱਸਦਾ ਨਹੀਂ ਸਾਨੂੰ ਕੁਝ ਕੁਝ ਨਹੀਂ ਦੱਸਣ ਦੇ ਯੋਗ ਹੁੰਦਾ ਕਿਉਂਕਿ ਉਹ ਫੈਸਲਾ ਦਾ ਦਿਮਾਗ ਹੀ ਨਹੀਂ ਲੈਂਦਾ ਵੀ ਮੈਨੂੰ ਕੱਲ੍ਹ ਤਾਂ ਆਈ ਸੀ ਅੱਜ ਨਵਾਂ ਕੰਮ ਇਹ ਹੋ ਗਿਆ ਫਿਰ ਉਹਨੇ ਕੀ ਦੱਸੇਗਾ ਉਹ ਕੁਝ ਨਹੀਂ ਦੱਸੇਗਾ ਬਿਲਕੁਲ ਇਹ ਇਹਨਾਂ ਦੀਆਂ ਨਿਸ਼ਾਨੀਆਂ ਨੇ ਜੀ ਹੁਣ ਤੁਸੀਂ ਅਖੀਰਲਾ ਤੁਹਾਡਾ ਸਵਾਲ ਹੀ ਹੋਏਗਾ ਦੋ ਸਵਾਲ ਨੇ ਜੀ ਇੱਕ ਤਾਂ ਇਲਾਜ ਹਾਂ ਅਤੇ ਪਹਿਲਾਂ ਆਪਾਂ ਇਲਾਜ ਦੀ ਗੱਲ ਕਰਦੇ ਹਾਂ ਕਿ ਆਯੁਰਵੈਦ ਦੇ ਮੁਤਾਬਕ ਜਾਂ ਇਹਦੇ ਵਿੱਚ ਇਹਦਾ ਇਲਾਜ ਹੈ ਪੱਕਾ 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 ਪੱਥਰ ਦੇ ਲਕੀਰ ਨਾਲੋਂ ਵੀ ਵਧੀਆ ਪੱਕਾ ਪੱਥਰ ਦੇ ਲਕੀਰ ਤਾਂ ਅੱਜ ਕੱਲ੍ਹ ਗਰੈਂਡਰ ਮਿਟਾ ਦਿੰਦੇ ਨੇ ਇਹ ਤਾਂ ਜਾਂ ਵੀ ਵੜ ਜਾਂਦੀ ਹੈ ਜੀ ਐਲੋਪੈਥੀ ਇਹਨੂੰ ਠੀਕ ਨਹੀਂ ਕਰਦੀ ਉਲਟਾ ਕੰਮ ਕਰਦੀ ਜੀ ਬਲੀਵ ਇਟ ਔਰ ਨਾਟ ਯਕੀਨ ਕਰੋ ਭਾਵੇਂ ਨਾ ਕਿਉਂਕਿ ਉਹਨਾਂ ਨੇ ਸਟੀਰਾਇਡ ਦੇਣਾ ਇੱਕ ਦਿਨ ਉਹਨਾਂ ਨੇ ਐਂਟੀਬਾਇਓਟਿਕ ਵੀ ਜ਼ਖਮ ਨੇ ਅੰਦਰ ਉਹਨੂੰ ਠੀਕ ਕਰੀਏ ਉਲਟਾ ਹੋਰ ਕੰਮ ਵੱਜ ਜਾਂਦਾ ਹੋਮਿਓਪੈਥੀ ਚ ਵੀ ਇਹਦਾ ਇਲਾਜ ਹੈ ਹੋਮਿਓਪੈਥੀ ਇਲਾਜ ਲੰਮਾ ਹੈ ਜੀ ਮੇਰੇ ਖਿਆਲ 'ਚ 7 ਤੋਂ 9 ਮਹੀਨੇ ਤੱਕ ਹੈ ਜੀ ਪੱਕਾ ਹੈ ਕੋਈ ਸ਼ੱਕ ਨਹੀਂ ਅਤੇ ਆਯੁਰਵੈਦ ਦੇ ਵਿੱਚ ਜੀ ਆਯੁਰਵੇਦ ਦੇ ਵਿੱਚ ਇਕੱਲੇ 30 ਦਿਨਾਂ ਦਾ ਜੀ ਜਿਹੜੀ ਮਰਜ਼ੀ ਹੋਵੇ ਬਾਬਾ ਸਿੱਧ ਜਾਂ ਵੱਖੋ ਵੱਖਰਾ ਜੋ ਮਰਜ਼ੀ ਹੋਵੇ ਜੀ ਮਤਲਬ ਅਸੀਂ ਉਹ ਕੰਮ ਹੀ ਨਿਬੇੜਤਾ ਹੈ ਨਾ ਤਾਂ ਕਦੀ ਖੂਨੀ ਬਾਬਾ ਸਿੱਧ ਦੀ ਮੈਂ ਦਵਾਈ ਬਣਾਉਣਾ ਨਾ ਬਾਦੀ ਦੀ ਬਣਾਉਣਾ ਨਾ ਭਰਨ ਫਿਸਣ ਦੀ ਦਵਾਈ ਬਣਾਉਣਾ ਮੈਂ ਸਿੱਧੀ ਬਣਾਉਣਾ ਹੀ ਭਗੰਦਰ ਦੀਆਂ ਜੀ ਉਹ ਸਾਰਾ ਕੁਛ ਹੀ ਆ ਜਾਂਦਾ ਜੀ ਉਹਦੇ 'ਚ ਸਾਰੀਆਂ ਹੀ ਆ ਜਾਂਦੀਆਂ ਨੇ ਅਤੇ ਸਿਰਫ 30 ਦਿਨਾਂ ਦੀ ਡੋਜ਼ ਅਗਲੀ ਨੂੰ ਦੇ ਦਿੰਦੇ ਹਾਂ ਅਤੇ ਮੁੜ ਕੇ ਕਦੀ ਨਹੀਂ ਆਪਣੇ ਕੋਲ ਆਇਆ ਜੀ ਜਿਹੜੇ ਭਰਾ ਲੈ ਕੇ ਗਏ ਨੇ ਉਹਨੂੰ ਉਸ ਗੱਲ ਨੂੰ ਤਸਦੀਕ ਕਰ ਸਕਦੇ ਨੇ ਵੀ ਜਿਹਨੂੰ ਮੈਂ ਦਵਾਈ ਦੇ ਦਿੱਤੀ ਉਹਨੂੰ ਕਹਿ ਦਿੰਦਾ ਵੀ ਉਹ ਮੁੜ ਕੇ ਜ਼ਿੰਦਗੀ 'ਚ ਹੁੰਦੀ ਨਹੀਂ ਜੀ ਅਤੇ ਹੁੰਦੀ ਵੀ ਨਹੀਂ ਜੀ ਕਹਿੰਦਾ ਇਹ ਪੱਕਾ ਇਲਾਜ ਪੱਥਰ ਦੇ ਲਕੀਰ ਦਾ ਇਲਾਜ ਓਨਲੀ 13 ਡੇ ਜੀ 30 ਦਿਨਾਂ ਦੇ ਵਿੱਚ ਜੀ ਅਤੇ ਇੱਕ ਹੋਰ ਜਿਹੜੀ ਅਹਿਮ ਗੱਲ ਇਹਦੇ 'ਚ ਆਈ ਜਿਹੜੇ ਵੀ ਮਰੀਜ਼ ਨੂੰ ਕਿਸੇ ਨੂੰ ਵੀ ਬਵਾਸੀਰ ਹੈ ਉਹਦੀ ਲਾਲ ਮਿਰਚ ਬੰਦ ਕੀਤੀ ਜਾਂਦੀ ਹੈ ਇੱਕ ਇਹਦਾ ਕੀ ਕਾਰਨ ਹੈ ਜੀ ਇਕੱਲੀ ਲਾਲ ਮਿਰਚ 'ਤੇ ਜ਼ਿਆਦਾ ਕਿਉਂ ਇਹਦਾ ਉਹ ਫੋਕਸ ਕੀਤਾ ਜਾਂਦਾ ਵੀ ਲਾਲ ਮਿਰਚ ਬੰਦ ਕਰ ਦਿਉ ਜੀ ਇਹ ਜੀ ਗੱਲ ਹੈ ਵੀ ਉਹ ਕਈ ਵਾਰ ਨਾ ਕੋਈ ਮਨੁੱਖ ਗਲਤੀ ਕਰ ਦਿੰਦਾ ਉਹਨੂੰ ਛਪਾਉਣ ਵਾਸਤੇ ਮੇਰੇ ਖਿਆਲ 'ਚ ਤਾਂ ਇਹ ਹੀ ਹੈ ਵੀ ਉਹਦੇ ਵਿੱਚ ਫਿਰ ਉਹ ਮੁੜ ਕੇ ਉਹਦੇ ਵਾਸਤੇ ਕੋਈ 20-22 ਹੋਰ ਗੱਪ ਮਾਰ ਦਿੰਦਾ ਅਤੇ ਉਹ ਗੱਲ ਮੁੜ ਕੇ ਪੱਕ ਜਾਂਦੀ ਹੈ ਜੀ ਓਕੇ ਜੀ ਜੀ ਗੱਲ ਇਹ ਹੈ ਵੀ ਲਾਲ ਮਿਰਚ ਬਹੁਤ ਹੀ ਖਾਇਆ ਸਾਰੀ ਦੁਨੀਆ ਨੂੰ ਪਤਾ ਵੀ ਚੰਗੇ ਹੀ ਪਲੇ ਬੰਦੇ ਦੀ ਵੀ ਲੈਟਰੀਨ ਦੇ ਅੰਦਰ ਜਲਨ ਹੋਣ ਲੱਗ ਪੈਂਦੀ ਜ਼ਿਆਦਾ ਮਿਰਚ ਖਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਕੋਈ ਪਤਾ ਨਹੀਂ ਵੀ ਕਿਸ ਤਰ੍ਹਾਂ ਇਹਨਾਂ ਨੇ ਇਹਨਾਂ ਦੇ ਹੱਥ 'ਚ ਇਹ ਗੱਲ ਆ ਗਈ ਵੀ ਲਾਲ ਮਿਰਚ ਉੱਕਾ ਬੰਦ ਕਰ ਦਿਓ ਮੈਂ ਇਹ ਆਪਦੀ ਜ਼ਿੰਦਗੀ 'ਚ ਵੇਖ ਚੁੱਕਿਆ ਦੋ ਤੋਂ ਤਿੰਨ ਮਰੀਜ਼ਾਂ 'ਤੇ ਜਿਹਨਾਂ ਨੇ ਲਾਲ ਮਿਰਚ ਉੱਕਾ ਬੰਦ ਕਰਤੀ ਉਹਨਾਂ ਨੂੰ ਬਹੁਤ ਹੀ ਰੋ ਗਈ ਜੀ ਔਰ ਮੈਂ ਦਾਅਵੇ ਨਾਲ ਕਹਿੰਦਾ ਵੀ ਲਾਲ ਮਿਰਚ ਉੱਕਾ ਬੰਦ ਕੀਤਿਆਂ ਬਵਾਸੀਰ ਹੁੰਦੀ ਹੈ ਜੀ ਜ਼ਿਆਦਾ ਖਾਧਿਆਂ ਵੀ ਹੁੰਦੀ ਹੈ ਜੀ ਓਕੇ ਜੀ ਇਹਦਾ ਕੋਈ ਫੈਸਲਾ ਤੁਸੀਂ ਨਹੀਂ ਲੈ ਸਕਦੇ ਵੀ ਲਾਲ ਮਿਰਚ ਲੋੜ ਅਨੁਸਾਰ ਭੋਜਨ ਦੇ ਵਿੱਚ ਲਾਲ ਮਿਰਚ ਖਾਓ ਜੀ ਆਪਾਂ ਮੈਂ ਕਦੀ ਜਿੰਨੇ ਮੇਰੇ ਤੋਂ ਦਵਾਈ ਲੈ ਕੇ ਗਏ ਹੈ ਕੋਈ ਇੱਕ ਇਨਸਾਨ ਨਹੀਂ ਕਹਿ ਸਕਦਾ ਮੈਂ ਉਹਦੀ ਲਾਲ ਮਿਰਚ ਬੰਦ ਕੀਤੀ ਮੈਂ ਤਾਂ ਉਹਨਾਂ ਵੀ ਆਪਦੀ ਖਾ ਲੈ ਹਿਸਾਬ ਨਾਲ ਖਾ ਲੈ ਹਿਸਾਬ ਨਾਲ ਖਾ ਜੀ ਜਿੰਨਾ ਅਸੀਂ ਭੋਜਨ 'ਚ ਡੇਲੀ ਖਾਂਦੇ ਹਾਂ ਉਹਨੇ ਆਪਦੀ ਖਾਓ ਇਹਦਾ ਕੋਈ ਐਵੇਂ ਜਿਹਾ ਹੀ ਪਤਾ ਨਹੀਂ ਕਿਸ ਤਰ੍ਹਾਂ ਦੇ ਕਰਕੇ ਹੈ ਹੋਰ ਦੱਸੋ ਜੀ 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 ਬਸ ਠੀਕ ਹੈ ਜੀ ਧੰਨਵਾਦ ਹੋਰ ਇਹਦੇ ਸੰਬੰਧ 'ਚ ਕੋਈ ਗੱਲਬਾਤ ਰਹਿੰਦੀ ਹੈ ਤਾਂ ਦੱਸ ਦਿਓ ਜੀ ਹੋਰ ਇਹਦੇ ਸੰਬੰਧ 'ਚ ਕੁਝ ਨਹੀਂ ਮੈਂ ਮੇਰੇ ਖਿਆਲ ਦੇ ਵਿੱਚ ਬਾਕੀ ਨਹੀਂ ਕੁਛ ਰਹਿ ਗਿਆ ਜੀ ਅਤੇ ਸਰੋਤਿਆਂ ਤੋਂ ਆਪਾਂ ਮਾਫ਼ੀ ਮੰਗ ਲਿਆ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ